ਮਨੋਵਾਦੀ ਸੋਚ ਦੇ ਨਾਲ ਜਿਹੜੀ ਦੁਕਾਨ ਖੋਲੀ ਹੋਈ ਸੀ ਔਰ ਉੱਥੇ ਸਾਥੇ ਸਾਡੇ ਸਾਥੀਆਂ ਨੇ ਜਿਹੜਾ ਬੰਦ ਕਰਵਾਉਣੀ ਚਾਹੀ ਔਰ ਉਹਨਾਂ ਉੱਪਰ ਜਿਹੜਾ ਆ ਅਟੈਕ ਕੀਤਾ ਗਿਆ ਜਿਸ ਵਿੱਚ ਜਿਹੜਾ ਸਾਡਾ ਯੂ ਸਾਥੀ ਗੋਪੀ ਆ ਉਹਨੂੰ ਗੋਲੀ ਲੱਗੀ ਔਰ ਉਹ ਜਿਹੜਾ ਜੇਰੇ ਲਾ ਗਿਆ ਔਰ ਅੱਜ ਸਾਡੇ ਦੇਖਣ ਦੇ ਵਿੱਚ ਆਇਆ ਕਿ ਇੱਕ ਖੋਸਾ ਨਾਮ ਦਾ ਵਿਅਕਤੀ ਜੋ ਸਾਡੇ ਵਾਲਮੀਕਿ ਸਮਾਜ ਦੇ ਵਿਰੁੱਧ ਜਿਹੜਾ ਨਕੋਦਰ ਦੇ ਵਿੱਚ ਧਰਨਾ ਲਾਈ ਬੈਠਾ ਸੀ ਔਰ ਸਾਡੇ ਪਹੁੰਚਣ ਤੋਂ ਜਿਹੜਾ ਪਹਿਲਾਂ ਉਹ ਜਿਹੜਾ ਨਿਕਲ ਗਿਆ ਔਰ ਅਸੀਂ ਅੱਜ ਉਸੇ ਧਰਨੇ ਦੇ ਵਿੱਚ ਉਹਨੂੰ ਸਿੱਧੇ ਤੌਰ ਤੇ ਅਸੀਂ ਜਿਹੜਾ ਚੈਲੰਜ ਕਰਨ ਆਏ ਸੀ ਵੀ ਜਿਹੜਾ ਸਾਡੇ ਵਾਲਮੀਕਿ ਸਮਾਜ ਦੇ ਖਿਲਾਫ ਚੱਲਦਾ ਆ ਉਹਨਾਂ ਨੂੰ ਅਸੀਂ ਚੈਲੰਜ ਕਰਦੇ ਹਾਂ ਔਰ ਇਹ ਜਿਹੜਾ ਖੋਸਾ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇੱਥੇ ਰੋਟੀਆਂ ਸੇਕਣ ਆਇਆ ਸਾਡੇ ਵਾਲਮੀਕਿ ਸਮਾਜ ਦਾ ਇੱਕ ਯੋਧਾ ਜਿਹੜਾ ਅੱਜ ਵੀ ਹਸਪੀਟਲ ਦੇ ਵਿੱਚ ਬੈਠਾ ਔਰ ਵਾਲਮੀਕਿ ਸਮਾਜ ਜਿਹੜਾ ਸਾਡਾ ਅੱਜ ਵੀ ਰੋਸ ਦੇ ਵਿੱਚ ਆ ਔਰ ਅੱਜ ਜਿਹੜੀ ਖੋਸੇ ਨੇ ਹਰਕਤ ਕੀਤੀ ਆ ਅਸੀਂ ਇਹਨੂੰ ਚੈਲੰਜ ਕਰਦੇ ਹਾਂ ਕਿ ਜਿਹੜਾ 11 ਤਰੀਕ ਨੂੰ ਤੂੰ ਟਾਈਮ ਰੱਖਿਆ ਆ ਨਕੋਦਰ ਦੇ ਵਿੱਚ ਜਿਹੜਾ ਤੇਰਾ ਇਹ ਟਾਈਮ ਆ ਅਸੀਂ ਕਬੂਲ ਕਰਦੇ ਹਾਂ ਔਰ ਟਾਈਮ ਤੇ ਸਾਨੂੰ ਜਿਹੜਾ ਦੱਸ ਨਹੀਂ ਜਦੋਂ ਵੀ ਨਕੋਦਰ ਦੇ ਵਿੱਚ ਆਉਣਾ ਤੇਰਾ ਜਿਹੜਾ ਅਸੀਂ ਵੈਲਕਮ ਕਰਨ ਲਈ ਜਿਹੜਾ ਤਿਆਰ ਆ ਔਰ ਛਿੱਤਰਾਂ ਦੇ ਨਾਲ ਤੇਰਾ ਇੱਦਾਂ ਦਾ ਵੈਲਕਮ ਵਾਲਮੀਕਿ ਸਮਾਜ ਕਰੂਗਾ ਕਿ ਦੁਬਾਰਾ ਤੂੰ ਨਕੋਦਰ ਕੀ ਪੰਜਾਬ ਦਾ ਕੋਨਾ ਕੋਨਾ